खालसा ही नवा ब्लॉग शुरू करते हैं माता जी, नवा ब्लॉग शुरू करते हैं। तो काम चल रहा ना जरा सही आ तजर्बा ही बड़ा मूड पर भी करता पूरी आ जाएगा बड़ा कम भी करते नवा ब्लॉग शुरू करते हैं। एक अज ब्लॉग पढ़ा शाम ब्लॉग लैना अपना तो पोचा पढ़ी छकना है तो कूट पी लेंगे छके जल पानी छक के फिर करा जुड़े रहे अगे ठीक है जी। खालसा जी ब्लॉग शुरू करता ही अपना उसे अपना कुलचे खाते हैं हूँ आप चाह पी चले मेरे यार देव घरे ताई उन्हें चाह बनाई तो मैं किसी को पैसे सेंड करवाने तो अकाउंट नंबर सेंड कर चले गया घरे फिलहाल मैं चाह पी लिया वा चाह पी लिया वधिया जी भैन जी रख के ताई जी आप चाह पी गए जी लो जी खालसा जी चाह पी लगे ब्लॉगिंग 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 एक चाह का प्याला मिलते तेन अगली क्लिप के चाह का प्याला ला ही होना। वाहेगुरु जी का खालसा वाहेगुरु जी की फतेह। लो खालसा जी चले हूँ वो ना अपने शेर सिंह अखा के आई फ्ली हो गया रेड रेड हो गया लाल लाल अखा वह पता लैन चले हाँ शहर मेरी भी मेडिसिन लैन चलते हैं शरीर थोड़ा ढिल माठिया जशन नाल अज कोई वीडियो चलने नहीं चलन चल रही है ब्राइटनेस थोड़ी जी घट आ ब्राइटनेस आप वाती है। सो अच्छा मारता जिंदर जा रहे हैं हूँ वेलो शरीर ढिल माठिया पर सही ये मेडिसिन लाने चले दवाई शेर सिंह का पता लैन चलने आया देखिए की शेर सिंह ठीक ठाक है चलो फिर शहरों मेडिसिन लैके मिलते हैं एक एक घंटे बाद। खालसा जी हूँ कुलचा छकना अपने पुराने शिगिर्द के नाल कुलचा तैयार हो गया लाइस मंगाई होना चाह बोलता कुछ ब्लॉग बन दिया होना स्टोरियां उठा खान पीना बंद खालसा जी प्रोग्राम से चले हाँ तैयारी करना सिंगो तगड़े जी जिंदरे मार के जिंदर थोड़ा ना खराब जा है ना जा तो हूँ प्रधान घरों चाबी फड़ा के प्रधान घरों चाबी फड़ के बाद जड़ा वा
ਕਰ ਜਾਵਾਂ ਹਾਂਜੀ ਹਾਂਜੀ ਆਏ ਠੀਕ ਆ ਹੜਦੀ ਲਾ ਗਈ ਕਾੜੀ ਆ ਕਾੜੀ ਗਾ ਨੰਦ ਬਈ ਕਾੜੀ ਗਾ ਹੜਦੀ ਠੀਕ ਆ ਡਰਦੇ ਗਾ ਤੇ ਲੈ ਉਧਰ ਆ ਜਾ ਮੈਂ ਕਾ ਲਾਈਆਂ ਤੇ ਸੋਚਦਾ ਕਿਤੇ ਅੱਖਾਂ ਖਰਾਬ ਹੋ ਗਈਆਂ ਹੁਣ ਹੀ ਚੱਲੇ ਆ ਜਤਿੰਦਰ ਪ੍ਰਧਾਨ ਕੋਲ ਚਾਬੀ ਫੜ ਕੇ ਤੇ ਕੀ ਕਰਨੀ ਆ ਤਿਆਰੀ ਤਿਆਰਾਂ ਕਰਕੇ ਆਉਣਾ ਵਾ ਪਾਠ ਵਾਲੇ ਘਰੇ ਤੇ ਵਲੌਗ ਪਤਾ ਹੀ ਕੰਟੀਨਿਊ ਰੱਖਿਆ ਹੋਇਆ ਤੇ ਬਹੁਤ ਬਹੁਤ ਤਾਈ ਦਾ ਧੰਨਵਾਦ ਤਾਇਆ ਜੀ ਸਰਦਾਰ ਭਗਵੰਤ ਸਿੰਘ ਦਾ ਬੜਾ ਧੰਨਵਾਦ ਆ ਨੀਲਾ ਚੂੜਾ ਉਹਨਾਂ ਨੇ ਬਣਾ ਕੇ ਦਿੱਤਾ ਠੀਕ ਹੈ ਖਾਲਸਾ ਜੀ ਫਿਰ ਮਿਲਦੇ ਤੁਹਾਨੂੰ ਇੱਥੇ ਤਿਆਰੀ ਕਰਨ ਚੱਲਦੇ ਹਾਂ ਉੱਥੇ ਮਿਲਦੇ ਹਾਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਪਹੁੰਚ ਗਏ ਪਾਠ ਨੇ ਘਰੇ ਮਿਸ਼ਾਈਆਂ ਕਰਤੀਆਂ ਪਰਿਵਾਰ ਨੇ ਟੈਂਟ ਲੱਗੇ ਆ ਹਾਂ ਜੀ ਠੀਕ ਠਾਕ ਗੁਰੂ ਚੜ੍ਹਦੀ ਕਲਾ ਵਾਹਿਗੁਰੂ ਜੀ ਤਿਆਰੀ ਵੀ ਕਰ ਤਿਆਰੀ ਕਰਦੀ ਆ ਅੱਖਾਂ 'ਚ ਪ੍ਰੋਬਲਮ ਹੋਈ ਆ ਤਾਂ ਕਰਕੇ ਅੱਖਾਂ ਲਾਲ ਆਉਂਦੀਆਂ ਵਾ ਆਹ ਵੀ ਐਨਕ ਵੀ ਰੱਖੀ ਕੋਲ ਜਿਹੜੇ ਆਏ ਫਲੂ ਜਿਹਾ ਚੱਲਿਆ ਸਾਰੇ ਪਾਸੇ ਫੈਲਿਆ ਪਿਆ ਉਹ ਬਿਮਾਰੀ ਦੇ ਕਰਕੇ ਤਾਂ ਵੀ ਵੀਰੇ ਚੜ੍ਹਦੀ ਕਲਾ ਦੇ ਵਿੱਚ ਆ ਤਾਂ ਹੀ ਪ੍ਰੋਗਰਾਮ ਭੁਗਤਾਨ ਦੀਆਂ ਤਿਆਰੀ ਕਰਦੀ ਆਣ ਕੇ ਬਤਾਇਆ ਜੀ ਆਪਣੇ ਬੜਾ ਹੀ ਹਾਲ ਵਹਿੰਦੇ ਹੀ ਆ ਤੁਸੀਂ ਸਟੋਰੀਆਂ ਦੇ ਵਿੱਚ ਅਵਸ਼ਾਈ ਹੋ ਗਈ ਆ ਨਾਲ ਦੇ ਸਿੰਘ ਕੜਾਹ ਪਛਾੜੀ ਦੇਖ ਤਿਆਰ ਕਰਦੇ ਆ ਅਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਚੈਨਲ ਅਜੇ ਬੰਦੇ ਥੋੜ੍ਹੇ ਜੁੜੇ ਆ ਮੇਰੇ ਨਾਲ ਬੰਦੇ ਬੱਲੇ ਖਾਂਗਾ ਉਹਦੀ ਤਾਂ ਨਹੀਂ ਕਰਕੇ ਤੇ ਵਿੱਚ ਉਹਦੇ ਮਾਰੀ ਉਹ ਚੋਂ ਫਿਰ ਮੈਂ ਪਾਕ ਲਿਖ ਕੇ ਆਉਂਗਾ ਕੋਈ ਨਹੀਂ ਦੁਬਾਰਾ ਹੋ ਗਏ ਹਾਂ ਗੱਲ ਹੀ ਨਾ ਕੋਈ ਨਾ ਕੋਈ ਨਾ ਥੋੜਾ ਜਿਹਾ ਛੱਡ ਗਾ ਕਿ ਜ਼ਿਆਦਾ ਪੀਣਾ ਸਾਰਾ ਪੀਣਾ ਥੋੜਾ ਜਿਹਾ ਪਾ ਅੱਛਾ ਚਲੋ ਚਲੋ ਮਿਲਦੇ ਆ ਤਾਂ ਫਿਰ ਠੀਕ ਹੈ ਉਹ ਖਾਲਸਾ ਜੀ ਪ੍ਰੋਗਰਾਮ ਹੋ ਗਿਆ ਹੁਣ ਬਿਨ ਦੱਸੇ ਜਸ਼ਨ ਘਰ ਆਏ ਜੀ ਕੀ ਗੱਲ ਆ ਬੂਹਾ ਨਹੀਂ ਖੋਲਦੇ ਪਰਿਵਾਰ ਕਿੱਥੇ ਆ ਪਰਿਵਾਰ ਕਿੱਥੇ ਆ ਕਿੱਥੇ ਗਏ ਹੋ ਬਹਿ ਪ੍ਰੋਗਰਾਮ ਵੇਖੇ ਕੰਮ ਦੇ ਵੇਖਦੇ ਕਰ ਸਕਦੇ ਹੁਣ ਜਸ਼ਨ ਘਰ ਆਏ ਹਾਂ ਹਾਂ ਠੀਕ ਠਾਕ ਜੀ ਸਾਧੂ ਨੂੰ ਵਲੌਗ ਦੀ ਐਂਡਿੰਗ ਵਲੌਗ ਦੀ ਐਂਡਿੰਗ ਇੱਥੇ ਕਰ ਦੇਣੀ ਹੁਣ ਆਪਾਂ ਕਿਉਂਕਿ ਵਲੌਗ ਕਾਫੀ ਲੰਮਾ ਹੋ ਗਿਆ ਇੱਥੇ ਐਂਡਿੰਗ ਕਰ ਦੇਣੀ ਹੈ ਲੰਮੇ ਪਏ ਜਸ਼ਨ ਘਰ ਆਏ ਹਾਂ ਬੂਹਾ ਨਹੀਂ ਖੋਲਦੇ ਹੈਗੇ ਸਾਰੇ ਤਾਂ ਸੁੱਤੇ ਪਏ ਲੰਮੇ ਪਏ ਕਿੱਥੇ ਗਿਆ ਉਹ ਠਾਵ ਨੂੰ ਚਲੋ ਖਾਲਸਾ ਜੀ ਇੱਥੇ ਕਰਦੇ ਹਾਂ ਆਪਾਂ ਵਲੌਗ ਦੀ ਐਂਡਿੰਗ ਸਮਾਪਤੀ ਵਲੌਗ ਖਤਮ ਹੋ ਗਿਆ ਅਤੇ ਘਰ ਆ ਗਏ ਹੁਣ ਆਪਣੇ ਘਰ ਆ ਗਏ ਇੱਧਰ ਸਿੰਘ ਨੰਮੇ ਪਿਆ ਇੱਥੇ ਸਿੰਘ ਨੰਮੇ ਪਿਆ ਸੋ ਘਰ ਆ ਗਏ ਆਪਣੇ ਹੁਣ ਅਤੇ ਵਲੌਗ ਦੀ ਕਰਦੇ ਐਂਡਿੰਗ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਚੈਨਲ ਸਬਸਕ੍ਰਾਈਬ ਕਰ ਲਓ ਜ਼ਰੂਰ ਅਜੀਤ ਗਾਇਕ ਦੇ ਵਲੌਗ ਅਤੇ ਵਲੌਗ ਦੋ ਦਿਨਾਂ ਬਾਅਦ ਪਹੁੰਚ ਜਾਣੇ ਆ ਠੀਕ ਹੈ ਜੀ ਇੱਥੇ ਵਲੌਗ ਦੀ ਐਂਡਿੰਗ ਕਰਦੇ ਹਾਂ ਚਲੋ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ